ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਸ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ। ਅੱਜ ਹਵੇਲੀ ਦੇ ਵਿੱਚ ਰੌਣਕ ਬਿਲਕੁਲ ਵੀ ਨਹੀਂ ਹੈਗੀ, ਦੀਵਾਲੀ ਬਿਲਕੁਲ ਨੇੜੇ ਆ। ਤਾਂ ਸਿੱਧੂ ਬਾਈ ਦੀ ਅਗਰ ਜੇ ਗੱਲ ਕੀਤੀ ਜਾਵੇ, ਦੀਵਾਲੀ ਦੀ ਅਗਰ ਜੇ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ, ਪੂਰੀ ਹਵੇਲੀ ਸਜਾਈ ਹੋਈ ਸੀ, ਮਾਤਾ ਨਾਲ ਬੈਠੇ ਪਾਨਾ ਸਿੱਧੂ ਵੀ ਬੈਠਾ ਹੋਇਆ ਸੀ। ਤਾਂ ਕਿਹਾ ਜਾ ਰਿਹਾ ਸੀ ਕਿ ਦੀਵਾਲੀ ਮਨਾਉਣੀ ਹੈ ਤਾਂ ਸਹੀ ਤਰੀਕੇ ਨਾਲ ਮਨਾਓ, ਜ਼ਿਆਦਾ ਪੜਾਕੇ ਨਾ ਚਲਾਇਓ, ਹੱਥ ਮੂੰਹ 'ਚ ਨਾ ਵੱਜ ਜਾਣ। ਤਾਂ ਸਭ ਦੀ ਦੇਖ ਰੇਖ ਵੀ ਕਰਦਾ ਸੀ ਬਾਈ। ਅੱਜ ਇਹ ਹਵੇਲੀ ਸੁੰਨੀ ਹੋਈ ਹੋਈ ਹੈ, ਦੀਵਾਲੀ ਵੀ ਜਿਹੜੀ ਸਿਰ 'ਤੇ ਹੈ। ਤਾਂ ਸਿੱਧੂ ਸਾਡੇ ਵਿਚਕਾਰ ਤਾਂ ਨਹੀਂ ਹੈਗਾ, ਪਰ ਅਗਰ ਜੇ ਗੱਲ ਕੀਤੀ ਜਾਵੇ ਤਾਂ ਲੋਕ ਬਹੁਤ ਦੂਰ ਦੁਰਾਡੇ ਤੋਂ ਇੱਥੇ ਆਉਂਦੇ ਨੇ, ਲੋਕ ਦੀਵਾਲੀ 'ਤੇ ਵੀ ਬਹੁਤ ਪਹੁੰਚਣਗੇ, ਕਿਉਂਕਿ ਇਸ ਪਰਿਵਾਰ ਲਈ ਤਾਂ ਦੀਵਾਲੀ ਕਾਹਦੀ ਦੀਵਾਲੀ ਹੋਈ। ਕਿਉਂਕਿ ਅਗਰ ਜੇ ਮਾਂ ਦੀ ਗੱਲ ਕੀਤੀ ਜਾਵੇ, ਬਾਪੂ ਦੀ ਗੱਲ ਕੀਤੀ ਜਾਵੇ, ਉਹ ਬਿਲਕੁਲ ਟੁੱਟੇ ਪਏ ਨੇ, ਚਾਹੁਣ ਵਾਲੇ ਵੀ ਬਿਲਕੁਲ ਟੁੱਟੇ ਪਏ ਨੇ, ਕਿਉਂਕਿ ਬਹੁਤ ਸਿੱਧੂ ਕੋਲੋਂ ਆਸਾਂ ਨੇ, ਆਸਾਂ ਸੀ ਤਾਂ ਹੁਣ ਵੀ ਕਈ ਲੋਕਾਂ ਨੂੰ ਆਸਾਂ ਨੇ ਸਿੱਧੂ ਦੇ ਤੋਂ, ਕਿਉਂਕਿ ਅੱਜ ਸਿੱਧੂ ਸਾਡੇ ਵਿਚਕਾਰ ਨਹੀਂ ਹੈਗਾ। ਤਾਂ ਪਰਿਵਾਰ ਲਈ ਬਹੁਤ ਔਖਾ ਹੈ, ਦੀਵਾਲੀ ਦਾ ਜਿਹੜਾ ਤਿਉਹਾਰ ਹੈ ਕਿੰਨੀਆਂ ਖੁਸ਼ੀਆਂ ਨਾਲ ਮਨਾਉਂਦੇ ਆ ਸਾਰੇ, ਪਰ ਉਹ ਮਾਂ ਅਤੇ ਬਾਪ ਲਈ ਬਹੁਤ ਔਖਾ ਹੈ ਕਿ ਕਿਵੇਂ ਉਹ ਤਿਉਹਾਰ ਦੇਖਣਗੇ, ਕਿਵੇਂ ਲੋਕ ਆਲੇ ਦੁਆਲੇ ਪਟਾਕੇ ਚਲਾਉਣਗੇ, ਅਤੇ ਇਹ ਕੀ ਮਹਿਸੂਸ ਕਰਨਗੇ ਵੀ ਅੱਜ ਸਾਡਾ ਪੁੱਤ ਇਸ ਦੁਨੀਆਂ ਦੇ ਵਿੱਚ ਨਹੀਂ ਹੈਗਾ। ਤਾਂ ਅਸੀਂ ਵੀ ਦੀਵਾਲੀ ਜਿਵੇਂ ਅਸੀਂ ਇੱਥੇ ਬੈਠੇ ਹੁੰਦੇ, ਮਾਤਾ ਨੂੰ ਉਹ ਪਲ ਯਾਦ ਆਉਣੇ ਨੇ, ਮਾਤਾ ਨੂੰ ਉਹ ਗੱਲਾਂ ਯਾਦ ਆਉਣੀਆਂ, ਜਦੋਂ ਸਿੱਧੂ ਕੋਲ ਬੈਠਾ ਹੁੰਦਾ ਸੀ ਮਾਤਾ ਦੇ, ਤਾਂ ਕਹਿੰਦਾ ਹੁੰਦਾ ਸੀ ਮਾਤਾ ਸਾਰੇ ਮੇਰੇ ਚਾਹੁਣ ਵਾਲਿਆਂ ਨੂੰ ਇੱਦਾਂ ਕਹਿ ਦਿਓ, ਸਤਿ ਸ਼੍ਰੀ ਅਕਾਲ ਕਹਿ ਦਿਓ, ਪੁੱਤ ਜਾਂਦੇ ਰਹੋ, ਮਾਤਾ ਐਵੇਂ ਵੀਡੀਓ ਦੇ ਵਿੱਚ ਕਹਿੰਦੇ ਹੁੰਦੇ ਸੀ। ਤਾਂ ਮਤਲਬ ਸਾਰੇ ਦੂਰ ਦੁਰਾਡੇ ਤੋਂ ਇੱਥੇ ਆਉਂਦੇ ਸੀ। ਸਿੱਧੂ ਬਾਈ ਦੀ ਅਗਰ ਜੇ ਗੱਲ ਕੀਤੀ ਜਾਵੇ, ਬਹੁਤ ਚਾਹੁਣ ਵਾਲੇ ਦੀਵਾਲੀ 'ਤੇ ਵੀ ਪਹੁੰਚਦੇ ਸੀ, ਹੋਰ ਤਿਉਹਾਰ ਹੁੰਦਾ ਸੀ ਤਾਂ ਉਹ ਪਹੁੰਚਦੇ ਸੀ, ਬਹੁਤ ਹੀ ਪਿਆਰ ਕਰਦੇ ਸੀ ਸਿੱਧੂ ਨੂੰ। ਪਰ ਅੱਜ ਸਿੱਧੂ ਸਾਡੇ ਵਿਚਕਾਰ ਨਹੀਂ ਹੈਗਾ, ਇਹ ਦੀਵਾਲੀ ਦਾ ਤਿਉਹਾਰ ਜਿਹੜਾ ਬਿਲਕੁਲ ਕਾਲੀ ਦੀਵਾਲੀ ਹੋ ਚੁੱਕੀ ਹੈ ਇਸ ਪਰਿਵਾਰ ਲਈ, ਕਿਉਂਕਿ ਸਿੱਧੂ ਬਾਈ ਦੇ ਲਈ, ਸਿੱਧੂ ਦੇ ਪਰਿਵਾਰ ਦੇ ਲਈ, ਮਾਂ ਦੇ ਲਈ, ਬਾਪੂ ਦੇ ਲਈ, ਕਿਉਂਕਿ ਸਿੱਧੂ ਬਾਈ ਸਾਡੇ ਵਿਚਕਾਰ ਨਹੀਂ ਹੈਗਾ। ਤਾਂ ਬਹੁਤ ਲੋਕ ਨੌਜਵਾਨ ਦੂਰ ਦੁਰਾਡੇ ਤੋਂ ਬਾਈ ਨੂੰ ਮਿਲਣ ਆਉਂਦੇ ਨੇ, ਮਾਤਾ ਬਾਈ ਦੇ ਮਾਤਾ ਪਿਤਾ ਨੂੰ ਮਿਲਣ ਆਉਂਦੇ ਨੇ ਅਤੇ ਮੁਲਾਕਾਤ ਕਰਦੇ ਨੇ। ਬਹੁਤ ਦਿਲ ਦੁੱਖਦਾ ਜਦੋਂ ਇਹ ਹਵੇਲੀ ਸੁਣਨੀ ਦੇਖਦੇ ਹਾਂ, ਸਿਰਫ ਸਿੱਧੂ ਬਾਈ ਤੋਂ ਇਲਾਵਾ।